ਘੱਗਰ ਵਿੱਚ ਪਏ ਪਾਰ ਨੂੰ ਕਾਬੂ ਕਰ ਲਿਆ ਗਿਆ ਅਤੇ ਇਸ ਨੂੰ ਕਾਬੂ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਘੱਗਰ ਦਰਿਆ ਦੇ ਪਾਰ ਕਾਰਨ ਆਈ ਤਬਾਹੀ ਦਾ ਜਾਇਜ਼ਾ ਹਵਾਈ ਜਹਾਜ਼ ਰਾਹੀਂ ਲਿਆ ਗਿਆ। ਜੀ ਹਾਂ, ਆਪਣੇ ਹੈਲੀਕਾਪਟਰ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹਵਾਈ ਫੇਰੀ ਦਿੱਤੀ ਅਤੇ ਫਿਰ ਮੂਨਕ ਦੀ ਅਨਾਜ ਮੰਡੀ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਜਲਦ ਹੀ ਇਸ ਦੀ ਰਿਪੋਰਟ ਤਿਆਰ ਕੀਤੀ ਜਾਵੇਗੀ ਅਤੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ। ਫਸਲਾਂ ਦਾ ਹੈ, ਗਰਦੌਰੀ ਸਪੈਸ਼ਲ ਗਰਦੌਰੀ ਲੱਗੀ ਹੋਈ ਹੈ। ਹੁਣ ਤਾਂ ਇਹ ਜੋ ਪਤਾ ਲੱਗਿਆ ਸਾਨੂੰ ਤਕਰੀਬਨ 10,000 ਏਕੜ ਹੈ, ਲੇਕਿਨ ਅਸਲੀ ਪਤਾ ਲੱਗੂਗਾ ਗਰਦੌਰੀ ਤੋਂ ਬਾਅਦ ਕਿ ਕਿੰਨੀ ਪੂਰੀ ਫਸਲ ਖਤਮ ਹੋਈ ਹੈ, ਕਿੰਨੀ ਥੋੜ੍ਹੀ ਫਸਲ ਖਤਮ ਹੋਈ ਹੈ। ਉਹ ਡਿਪਟੀ ਕਮਿਸ਼ਨਰ ਸਾਹਿਬ ਕਰਾਉਣਗੇ ਔਰ ਥੋੜ੍ਹੇ ਦਿਨਾਂ ਦੇ ਵਿੱਚ ਸਾਨੂੰ ਭੇਜ ਦਾਂਗੇ। ਔਰ ਮੈਂ ਆਸ ਕਰਾਂਗਾ ਕਿ ਤੁਹਾਨੂੰ ਅਸੀਂ ਜਲਦੀ ਉਹ ਪੈਸੇ ਦੇ ਦਈਏ ਤਾਂ ਕਿ ਜਦ ਜੈਸੇ ਉਹਨੇ ਪਾਣੀ ਹਟਦਾ, ਹੁਣ ਝੋਨੇ ਵਾਸਤੇ ਤਾਂ ਸ਼ਾਇਦ ਜੀਰੀ ਵਾਸਤੇ ਲੇਟ ਹੋ ਗਿਆ, ਲੇਕਿਨ ਕੋਈ ਹੋਰ ਚੀਜ਼ ਤੁਸੀਂ ਲਾ ਸਕੋ ਤਾਂ ਕਿ ਥੋੜ੍ਹੀ ਫਸਲ ਤਾਂ ਤੁਹਾਡੀ ਤੁਹਾਨੂੰ ਘਰ ਕੁਛ ਦਾਣੇ ਦੂਣੇ ਆ ਸਕਣ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੂਨਕ ਵਾਸੀਆਂ ਲਈ ਇੱਕ ਫਾਇਰ ਬ੍ਰਿਗੇਡ ਅਤੇ JCB ਮਸ਼ੀਨ ਵੀ ਦਿੱਤੀ ਗਈ ਹੈ। ਮੰਗੀ ਸੀ, ਮੈਨੂੰ ਹੁਣੀ ਦੱਸਿਆ ਬੀਬੀ ਪੱਠਲ ਜੀ ਨੇ, ਇੱਕ JCB ਮਸ਼ੀਨ, ਇੱਕ ਫਾਇਰ ਬ੍ਰਿਗੇਡ ਜਿਹੜੇ ਇੱਥੇ ਆਪਣੇ ਨੁਕਸਾਨ ਹੋ ਗਿਆ ਹੈ, ਔਰ ਇਹ ਤਿੰਨ ਜਿਹੜੀ ਸੜਕਾਂ ਨੇ ਉਹਨਾਂ ਦਾ ਆਪਾਂ ਨੂੰ ਥੋੜ੍ਹਾ ਉੱਚਾ ਕਰਨਾ ਪੈ ਉੱਚੀਆਂ ਕਰਨੀਆਂ ਪੈਣਗੀਆਂ ਕਿ ਉਹ ਪਾਣੀ ਉੱਪਰ ਹੀ ਲੰਘ ਗਿਆ ਸੀ। ਇਹ ਮੰਡੀ ਬੋਰਡ ਦੀ ਸੜਕਾਂ ਨੇ, ਜਿਵੇਂ ਅੱਜ ਹੀ ਲਾਲ ਸਿੰਘ ਜੀ ਜੋ ਮੰਡੀ ਬੋਰਡ ਦੇ ਸਾਡੇ ਮੁਖੀ ਨੇ, ਉਹਨਾਂ ਨੂੰ ਕਹਿ ਦਿੰਦਾ ਕਿ ਇੱਕਦਮ ਇਸ ਕੰਮ 'ਤੇ ਸ਼ੁਰੂ ਕਰਾਉਣ, ਔਰ ਫਾਇਰ ਬ੍ਰਿਗੇਡ ਔਰ JCB ਮਸ਼ੀਨ ਅੱਜ ਹੀ ਤੁਹਾਡੇ ਕੋਲ ਪਹੁੰਚ ਜਾਣਗੀ। ਸੋ ਹੁਣ ਵੇਖਣਾ ਹੋਵੇਗਾ ਕਿ ਕੈਪਟਨ ਸਾਹਿਬ ਦੀ ਇਸ ਫੇਰੀ ਤੋਂ ਬਾਅਦ ਜਦੋਂ ਰਿਪੋਰਟ ਤਿਆਰ ਹੁੰਦੀ ਹੈ ਤਾਂ ਮੂਨਕ ਵਾਸੀਆਂ ਅਤੇ ਹੜ੍ਹ ਨਾਲ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਸਰਕਾਰ ਕੀ ਮੁਆਵਜ਼ਾ ਮੁਹੱਈਆ ਕਰਵਾਉਂਦੀ ਹੈ। ਜੋ ਵੀ ਮੁਆਵਜ਼ਾ ਮਿਲਦਾ ਕਿ ਕਿਸਾਨ ਉਸ ਤੋਂ ਖੁਸ਼ ਦਿਖਾਈ ਦਿੰਦੇ ਨੇ ਜਾਂ ਫਿਰ ਹਰ ਵਾਰ ਦੀ ਤਰ੍ਹਾਂ ਧਰਨੇ ਪ੍ਰਦਰਸ਼ਨ ਹੀ ਕੀਤੇ ਜਾਣਗੇ। ਬਿਊਰੋ ਰਿਪੋਰਟ, ਪੰਜਾਬੀ ਪੈਰਿਸ TV।